ਛੋਟਾ ਆਇਆ ਸੀ ਦੁੱਧ ਪਾਉਣ ਇੱਥੇ ਅਤੇ ਇਹ ਕਹਿੰਦਾ ਵੀਰੇ ਇੱਥੇ ਜਗ੍ਹਾ ਬਹੁਤ ਵਧੀਆ ਨਾਲੇ ਮੱਝਾਂ ਗਾਵਾਂ ਚਾਰ ਲੈਣਗੀਆਂ ਇੱਥੇ ਹੋਰ ਕੁਛ ਨਹੀਂ ਵੈਲਕਮ ਬੈਕ ਟੂ DuBro ਚੈਨਲ ਗਾਇਸ ਨਿਊ ਵਲੌਗ ਨਿਊ ਡੇ ਤੁਹਾਨੂੰ ਇੱਕ ਡਿਫਰੈਂਟ ਲੋਕੇਸ਼ਨ ਮਤਲਬ ਦਿਖਾਉਣ ਦਾ ਇੱਕ ਆਈਡੀਆ ਮੇਨ ਉਹ ਰੱਖਿਆ ਵਾ ਅਸੀਂ ਲੰਘੇ ਜਾ ਰਹੇ ਸੀਗੇ ਵੈਸੇ ਅੱਜ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਇਹ ਬੰਦਾ ਜਾ ਰਿਹਾ ਅੱਜ ਇੰਡੀਆ ਅਤੇ ਮਜ਼ੇ ਜ਼ਿੰਦਗੀ ਦੇ ਲੈ ਗਿਆ ਪੂਰੇ ਵਧੀਆ ਇਹ ਅਤੇ ਕਿੰਨੇ ਵਜੇ ਫਲਾਈਟ ਆ ਤੇਰੀ ਕੱਲ੍ਹ ਨੂੰ ਸਵੇਰੇ ਆਇਆ 6 ਵਜੇ ਐਂਟਰੀ ਆ 6 AM ਟਰਮੀਨਲ 2 ਦੁਬਈ ਸਵੇਰੇ 6 ਵਜੇ ਐਂਟਰੀ ਆ ਬੰਦੇ ਦੀ ਤੇ ਜਾ ਰਿਹਾ ਹੈ ਇੰਡੀਆ ਤੇ ਮਿਲਾਂਗੇ ਫੈਮਿਲੀ ਨੂੰ ਯਾਰਾਂ ਮਿੱਤਰਾਂ ਨੂੰ ਆਪਣੇ ਮਿੱਤਰ ਦਾ ਵਿਆਹ ਵੀ ਆ ਓਕੇ ਵਿਆਹ ਅਟੈਂਡ ਕਰਨ ਜਾ ਰਹੇ ਹਾਂ ਬਾਈ ਲੱਕੀ ਬੰਦੇ ਹੁੰਦੇ ਆ ਕਈ ਮਤਲਬ ਜਿਹੜੇ ਟਾਈਮ ਟੂ ਟਾਈਮ ਰਾਉਂਡ ਮਾਰਦੇ ਰਹਿਣ ਇੰਡੀਆ ਸਾਡੇ ਵਾਂਗੂ ਥੋੜਾ ਵੀ ਸਾਲਾਂ ਬਾਅਦ ਜਾਣਾ ਹਨਾ ਗਾਇਜ਼ ਆਈ ਵਾਂਟ ਟੂ ਟੈਲ ਯੂ ਵਨ ਥਿੰਗ ਅਸੀਂ ਜਾ ਰਹੇ ਸੀਗੇ ਅਸੀਂ ਸੁਣਿਆ ਸੀ ਕਿ ਵੀ ਲਾਸਟ ਐਗਜ਼ਿਟ ਹੈਗਾ ਦੁਬਈ ਦਾ ਮਤਲਬ 2-3 ਐਗਜ਼ਿਟ ਨੇ ਲਾਸਟ ਐਗਜ਼ਿਟ ਇਹ ਆ ਲਾਸਟ ਐਗਜ਼ਿਟ ਇਹ ਪਲੇਸ ਦਾ ਨਾਮ ਆ ਸਹੀ ਆ ਯਾ ਯੋ 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 ਇਹਨੂੰ 2-3 ਵਾਰੀ ਸ਼ਰਮਿੰਦਾ ਕਰ ਦੋ ਫਿਰ ਇਹ ਜੀ ਹਰਕਤਾਂ ਕਰਦਾ ਇਹ ਮੈਂ ਬਾਈ ਨੂੰ ਕਿਹਾ ਜਲਦੀ ਜਲਦੀ ਇਹਨਾਂ ਨੂੰ ਵੀ ਘੁਮਾ ਦੇ ਆਪਣਾ ਗਰਮੀ ਬਹੁਤ ਆ ਟਾਈਮ ਸਿਰ ਨਿਕਲ ਜੀਏ ਵੀ ਵੈਸੇ ਹਵਾ ਚੱਲਣ ਲੱਗ ਗਈ ਕਹਿੰਦੇ ਆ ਗਏ ਮਹਾਨ ਬੰਦੇ ਤੇ ਇੰਡੀਆ ਇਹ ਜਾ ਰਿਹਾ ਸਾਈਕਲ ਤੇ ਥੋੜਾ ਐਕਸਪਲੋਰ ਕਰਦੇ ਆ ਦੁਬਈ ਦਾ ਲਾਸਟ ਐਗਜ਼ਿਟ ਓਕੇ ਸੋਹਣਾ ਬਣਾਇਆ ਹੋਇਆ ਵਾ ਤੁਹਾਨੂੰ ਵੀ ਹੋਪਫੁਲੀ ਵਧੀਆ ਲੱਗੂਗਾ ਔਰ ਸਾਨੂੰ ਦੱਸ ਦਿਓ ਕਮੈਂਟ ਕਰਕੇ ਪ੍ਰੀਵੀਅਸ ਵੀਡੀਓਜ਼ ਨੂੰ ਪਿਆਰ ਦੇਣ ਲਈ ਬੜੀ ਮਿਹਰਬਾਨੀ ਪਲੀਜ਼ ਅਗਰ ਕੋਈ ਮਤਲਬ ਦੇਖ ਰਿਹਾ ਨਵਾਂ ਬੰਦਾ ਕੋਈ ਵੀਡੀਓ ਨੂੰ ਸਾਡੇ ਵਲੌਗ ਨੂੰ ਪਲੀਜ਼ ਡੂ ਸਬਸਕ੍ਰਾਈਬ ਲਾਈਕ ਸ਼ੇਅਰ ਐਂਡ ਕਮੈਂਟ ਓਕੇ ਪਲੀਜ਼ ਪਲੀਜ਼ ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਆ ਚਾਰ ਲੱਤਾਂ ਵਾਲੀ ਚੀਜ਼ ਕਿਵੇਂ ਪੈਂਦੀ ਆ ਦਿਸ ਇਜ਼ ਕਾਓ ਬਟ ਬਿਨਾਂ ਨਿਊਜ਼ ਪੜ੍ਹੇ ਇਹ ਦੁੱਧ ਨਹੀਂ ਦਿੰਦੀ ਦੁਨੀਆ ਦੀ ਪਹਿਲੀ ਗਾਂ ਆ ਅਖਬਾਰ ਪੜ੍ਹ ਕੇ ਦੁੱਧ ਦਿੰਦੀ ਹੈ ਜੀ ਇਹ ਤਾਂ ਮੇਨ ਥਿੰਗ ਕੀ ਆ ਅਸੀਂ ਗੂਗਲ 'ਤੇ ਚੈੱਕ ਕੀਤਾ ਸੀਗਾ ਗੂਗਲ 'ਤੇ ਚੈੱਕ ਕੀਤਾ ਸੀ ਕਿ ਪ੍ਰੋਮਿਸ ਬ੍ਰਿਜ ਆਪਣੇ ਇੰਡੀਆ ਨਹੀਂ ਹੁੰਦੇ ਗੇ ਆਪਣੇ ਇੰਡੀਆ ਦੇ ਵਿੱਚ ਕਈ ਜਗ੍ਹਾ ਨੇ ਕੋਈ ਧਾਰਮਿਕ ਸਥਾਨ ਨੇ ਹੈ ਨਾ ਲੋਕ ਕਿਤੇ ਧਾਗਾ ਬੰਨਦਾ ਕਿਤੇ ਕੁਛ ਬੰਨਦਾ ਹੈ ਨਾ ਵਾਅਦਾ ਆਪਦੀ ਵਿਸ਼ ਪੂਰੀ ਕਰਨ ਲਈ ਹੈ ਨਾ ਤਾਂ ਇੱਥੇ ਵੀ ਇੱਕ ਕਾਇੰਡ ਆਫ ਉਹਨੂੰ ਕਹਿੰਦੇ ਆ ਪ੍ਰੋਮਿਸ ਬ੍ਰਿਜ ਪ੍ਰੋਮਿਸ ਬ੍ਰਿਜ ਕਹਿੰਦੇ ਆ ਉਹਨੂੰ ਦੇਖਣ ਲਈ ਸਪੈਸ਼ਲ ਮੈਂ ਗੂਗਲ 'ਤੇ ਜਦੋਂ ਅਸੀਂ ਸਰਚ ਕੀਤਾ ਸੀਗਾ ਵੀ ਦੁਬਈ ਦੇ ਵਿੱਚ ਵੀ ਹੈਗਾ ਵਾ ਪ੍ਰੋਮਿਸ ਬ੍ਰਿਜ ਹੈਗਾ ਵਾ ਅਤੇ ਉੱਥੇ ਲੋਕ ਇੱਕ ਤਰ੍ਹਾਂ ਲੌਕ ਕਰਕੇ ਜਾਂਦੇ ਆ ਤਾਲਾ ਅਤੇ ਚਾਬੀ ਜਿਹੜਾ ਲੌਕ ਅਤੇ ਲਾ ਕੇ ਜਾਂਦਾ ਹੁਣ ਤੁਹਾਨੂੰ ਉੱਥੇ ਅਸੀਂ ਵਿਜ਼ਿਟ ਕਰਾਉਂਦੇ ਹਾਂ ਠੀਕ ਹੈ ਅਤੇ ਉਹ ਤੁਸੀਂ ਆਪ ਹੀ ਦੇਖ ਲਿਓ ਆਪਦੀ ਵਿਸ਼ ਜਾਂ ਕੋਈ ਵੀ ਪ੍ਰੋਮਿਸ ਤੁਸੀਂ ਕਰਦੇ ਹੋ ਉੱਥੇ ਲੌਕ ਕਰ ਦਿਉ ਚਾਬੀ ਨਾਲ ਫਿਰ ਚਾਬੀ ਨੂੰ ਪਤਾ ਨਹੀਂ ਕੀ ਕਰਨਾ ਪੈਂਦਾ ਉਹ ਨਹੀਂ ਪਤਾ ਅੱਗੇ ਜਾ ਕੇ ਦੇਖਦੇ ਹਾਂ ਫਿਰ ਕੀ ਬਣਦਾ ਕਹਾਣੀ ਚਲੋ ਫਿਰ ਚਲੀਏ ਚਲੋ ਫਿਰ ਚਲੀਏ ਆਪਣੇ ਉਧਰ ਕਾਫੀ ਜਿਹੜਾ ਬਲਾਈਂਡ ਫੇਸ ਆ ਹੈ ਨਾ ਉਹ ਜ਼ਿਆਦਾ ਹੈਗਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਅਤੇ ਕਿਤੇ ਧਾਗੇ ਬੰਨਦਾ ਕੋਈ ਕਿਤੇ ਮੜੀਆਂ ਦੇ ਵਿੱਚ ਕੁਛ ਚੜਾਉਂਦਾ ਕੋਈ ਕੁਛ ਚੜਾਉਂਦਾ ਹੈ ਨਾ ਉਹ ਚੀਜ਼ਾਂ ਨੇ ਮੈਂ ਤਾਂ ਟਰੱਸਟ ਘੱਟ ਹੀ ਕਰਦਾ ਇਹ ਵੀ ਟਰੱਸਟ ਘੱਟ ਹੀ ਕਰਦਾ ਅਤੇ ਆਪਾਂ ਨੂੰ ਇੱਕ ਹੀ ਬੰਦੇ ਦੇ ਯਕੀਨ ਆ ਬਾਬਾ ਰਾਮ ਰਹੀਮ ਬਾਬਾ ਰਾਮ ਰਹੀਮ ਦੇ ਨੂੰ ਯਕੀਨ ਆ ਤੇ ਉਹੀ ਬੰਦਾ ਬਿਜ਼ਨਸਮੈਨ ਸੀਗਾ ਜਿਹੜਾ ਵਰਗਾ ਬੰਦਾ ਨਹੀਂ ਆਉਣਾ ਯਾਰ ਨਹੀਂ ਹੁਣ ਉਹਦੇ ਵਰਗਾ ਬੰਦਾ ਹਨਾ ਗਾਇਜ਼ ਨਾਓ ਵੀ ਆਰ ਗੋਇੰਗ ਟੂ ਪ੍ਰੋਮਿਸ ਬ੍ਰਿਜ ਲੈਟਸ ਹੈਵ ਅ ਵਿਜ਼ਿਟ ਓਕੇ ਬਿਲਕੁਲ ਜਿਹਨੂੰ ਪ੍ਰੋਮਿਸ ਬ੍ਰਿਜ ਕਹਿੰਦੇ ਆ ਉਹਦੇ ਸਟਾਰਟਿੰਗ ਪੁਆਇੰਟ 'ਤੇ ਤੁਸੀਂ ਆਪ ਹੀ ਦੇਖ ਲਿਓ ਠੀਕ ਹੈ ਦੁਬਈ ਦੇ ਵਿੱਚ ਫਸਟ ਟਾਈਮ ਮੈਂ ਦੇਖਿਆ ਇਹ ਅਤੇ ਤੁਸੀਂ ਵੀ ਜ਼ਰੂਰ ਦੇਖ ਲਿਓ ਜ਼ਿਆਦਾ ਵੱਡਾ ਪ੍ਰੋਮਿਸ ਕਰੀ ਫਿਰਦਾ ਕੋਈ ਪੱਕਾ ਨਸ਼ੇੜੀ ਹੋਣਾ ਦਾਰੂ ਛੱਡਣ ਦੀ ਕਰਕੇ ਗਿਆ ਸੀ ਇਹ ਤਕੜਾ ਪ੍ਰੋਮਿਸ ਕਰ ਗਿਆ ਪਤੰਦਰ ਦਾ ਇਹ ਮੈਂ ਤਾਂ ਆਇਆ ਸੀਗਾ ਫਲਾਈਟ ਆ ਕੱਲ੍ਹ ਨੂੰ ਮੇਰੇ ਬੈਗ 'ਤੇ ਮੈਂ ਜਿੰਦਾ ਭੁੱਲ ਗਿਆ ਤਾਂ ਮੈਂ ਜਿੰਦਾ ਲਾਉਣ ਆਇਆ ਸੀ ਬਾਈ ਕਹਿੰਦਾ ਚੱਲ ਵਲੌਗ ਬਣਾ ਲੈਂਦੇ ਹਾਂ
ਵੀਰੇ ਇਹ ਸੀਗਾ ਪ੍ਰੋਮਿਸ ਬ੍ਰਿਜ, ਇਹਨੂੰ ਕਹਿੰਦੇ ਆ। ਇਹ ਤੁਹਾਨੂੰ ਦੁਬਈ ਦੇ ਲਾਸਟ ਐਗਜ਼ਿਟ 'ਤੇ ਮਿਲ ਜਾਣਾ ਵਾ, ਠੀਕ ਹੈ। ਅਤੇ ਆਹ ਚੀਜ਼ ਦੇਖ ਕੇ ਥੋੜ੍ਹੀ ਜਿਹੀ ਐਕਸਾਈਟਮੈਂਟ ਹੋਈ ਸੀ ਕਿ ਇਹ ਚੀਜ਼ ਫਸਟ ਟਾਈਮ ਮੈਂ ਸੁਣੀ ਵੀ ਔਰ ਮੈਂ ਦੇਖ ਵੀ ਫਸਟ ਟਾਈਮ ਰਿਹਾ। ਜ਼ਿਆਦਾ ਤਾਂ ਆਪਣੀਆਂ ਕੰਟਰੀਆਂ ਦੇ ਵਿੱਚ ਹੀ ਆ ਇਹ, ਹੈ ਨਾ। ਇੱਥੇ ਮੈਨੂੰ ਇੰਨਾ ਪਤਾ, ਅਗਰ ਤਾਲਿਆਂ ਦੇ ਇੱਥੇ ਲੋਕਸ ਦੇ ਉੱਤੇ ਨਾ ਨਾਮ ਲਿਖਿਆ ਹੋਇਆ ਔਰ ਹਾਰਟ ਵਾਹਿਆ ਹੋਇਆ, ਮਤਲਬ ਦਿਲ ਦਾ ਨਿਸ਼ਾਨ ਜਿਹਾ ਵਾਹਿਆ ਹੋਇਆ ਇੱਥੇ, ਉਹ ਪਿਆਰ ਮੁਹੱਬਤ ਵਾਲੇ ਚੱਕਰ ਦੇ ਵਾਲੇ ਪੈਂਦੇ ਹੋਣਗੇ ਵੀ ਮੈਂ ਆਪਣੀ ਪੂਜਾ ਨੂੰ ਪਿਆਰ ਕਰਦਾ ਹਾਂ ਸੱਚਾ। ਹਰ ਜਗ੍ਹਾ ਆ ਜਾਂਦਾ ਜੇ ਕੰਮ ਕਰਨ ਜਾਂ ਉਦੋਂ ਆਪਾਂ ਪਹਿਲਾ ਬਲੌਗ ਬਣਾਇਆ ਸੀ ਜਦੋਂ ਮਾਊਂਟੇਨ ਤੇ, ਉੱਥੇ ਵੀ ਲਿਖਿਆ ਹੋਇਆ ਸੀ ਲਾਲੂ ਲਵ ਪੂਜਾ, ਲਾਲੂ ਲਵ ਪੂਜਾ। ਆਪਣਾ ਅੰਦਰ ਵਾਲਾ ਸਾਈਕਲ ਵਾਲਾ ਹੀ ਲਾ ਗਿਆ ਓਏ। ਓਕੇ ਗਾਈਸ, ਇਹੀ ਬਿਜਰ ਸੀਗਾ, ਇਹਦੀ ਹਿਸਟਰੀ ਮੈਨੂੰ ਇੰਨੀ ਕੀ ਪਤਾ ਵਾ। ਅਗਰ ਮੈਨੂੰ ਗੂਗਲ ਤੋਂ ਕੁਛ ਹਿਸਟਰੀ ਇਹਦੀ ਹੋਰ ਮਿਲੀ ਤਾਂ ਮੈਂ ਇਹਦਾ ਇਹਦੀ ਲੋਕੇਸ਼ਨ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ, ਕਲਿੱਕ ਜ਼ਰੂਰ ਪਤਾ ਲੱਗਣਾ ਇਹਨੂੰ। ਕੋਈ ਲਿੰਕ ਨਹੀਂ ਪਤਾ ਲੱਗਣਾ, ਦੇਖ ਲਿਆ ਥੱਲੇ ਆ ਕੇ ਇਹਨੂੰ ਲੱਭਣਾ ਹੀ ਨਹੀਂ। ਇਹਨੂੰ ਮੈਂ ਇੱਥੇ ਛੱਡਦਾ ਨਾ, ਘਰੇ ਚਲਾ ਜਾ, ਤੂੰ ਘਰੇ ਨਹੀਂ ਜਾ। ਮੈਂ ਬਹੁਤ ਕੁਛ ਕਰ ਲੈਂਦਾ ਵਾਂ, ਇਹ ਸਾਰਾ ਕੱਲ੍ਹ ਦਾ ਜਵਾਕ ਮੈਨੂੰ ਸਿਖਾਉਂਦਾ ਆ ਕੇ। ਗਾਈਜ਼ ਬਣਾਇਆ ਬਹੁਤ ਵਧੀਆ ਹੋਇਆ ਇਹਨਾਂ ਨੇ, ਐਕਸਾਈਟਡ ਜਿਹਾ, ਮਤਲਬ ਕੋਈ ਇਹ ਨਹੀਂ ਹੈਗਾ ਕਿ ਡਿਫਰੈਂਟ ਜੀ ਚੀਜ਼ ਬਣਾਈ ਹੋਈ ਹੈ। ਗ੍ਰੀਨ ਡੈਕ, ਜਿਹੜੀ ਚੀਜ਼ ਮੈਨੂੰ ਵਧੀਆ ਲੱਗਦੀ ਆ ਉਹਨੂੰ ਹਮੇਸ਼ਾ, ਮਤਲਬ ਤੁਹਾਡੇ ਲਈ ਵੀ ਉਹਨੂੰ ਹਮੇਸ਼ਾ ਕੈਪਚਰ ਕਰੋ ਔਰ ਇੱਕ ਮੈਸੇਜ ਦੀ ਤਰ੍ਹਾਂ ਉਹਨੂੰ ਅੱਗੇ ਫਾਰਵਰਡ ਕਰਨਾ ਚਾਹੀਦਾ, ਠੀਕ ਹੈ। ਇਹ ਕੋਨਸੈਪਟ ਦੇਖੋ, ਕੁਝ ਸਮਝੇ ਬਾਈ ਜੀ, ਇਹਨੇ ਜੱਫੀ ਕਿਉਂ ਪਾਈ ਹੋਈ ਆ ਟ੍ਰੀ ਨੂੰ? ਪ੍ਰੋਟੈਕਟ ਯੋਰ ਐਨਵਾਇਰਮੈਂਟ। ਵੱਡਾ ਵਲੌਗ ਤਾਂ ਨਹੀਂ ਹੈਗਾ ਇਹ, ਇਹਨੂੰ ਕਵਰ ਕਰਨ ਲਈ ਜ਼ਿਆਦਾ ਟਾਈਮ ਨਹੀਂ ਲੱਗਿਆ। ਔਰ ਤੁਹਾਨੂੰ ਦਿਖਾਤਾ ਲਾਸਟ ਐਗਜ਼ਿਟ ਦੁਬਈ ਦਾ ਔਰ ਪ੍ਰੋਮਿਸ ਬ੍ਰਿਜ, ਅਤੇ ਇੱਕ ਵਾਰੀ ਕੈਮਰਾ ਘੁੰਮਾ ਦੇਣਾ, ਇਹਨੂੰ ਨਾਲ ਹੀ ਘੁੰਮਣਾ ਪੈਂਦਾ। ਅਤੇ ਇਹ ਹੋ ਗਿਆ ਆਪਣਾ ਰਾਊਂਡ ਪੂਰਾ, ਅਤੇ ਠੀਕ ਹੈ ਵੀਰੇ, ਮਿਲਦੇ ਹਾਂ ਫਿਰ ਹੁਣ ਨੈਕਸਟ ਸਟੇਸ਼ਨ 'ਤੇ, ਨੈਕਸਟ ਪਲੇਸ 'ਤੇ ਦੇਖਦੇ ਹਾਂ ਕਿਹੜੀ ਹੁੰਦੀ ਹੈ, ਠੀਕ ਆ। ਤੁਹਾਨੂੰ ਅੱਗੇ ਪਤਾ ਲੱਗ ਹੀ ਜਾਣਾ ਵਾ। ਇਹ ਤੁਸੀਂ ਦੇਖ ਲਿਆ ਔਰ ਬਾਈ ਨੂੰ ਬੈਸਟ ਆਫ ਲੱਕ ਕਹਿ ਦਿਓ, ਇਹਦੀ ਸਵੇਰੇ ਫਲਾਈਟ ਆ ਅਤੇ ਇਹ ਜਾ ਰਿਹਾ ਇੰਡੀਆ। ਵੈਸੇ ਮੈਨੂੰ ਪਤਾ ਇਹਨਾਂ ਨੇ ਅੱਜ ਰਾਤ ਨੂੰ ਮੈਨੂੰ ਸੌਣ ਨਹੀਂ ਦੇਣਾ, ਜਿਹੜੀ ਅਸੀਂ ਦੂਜਿਆਂ ਨਾਲ ਕਰਦੇ ਹਾਂ ਅੱਜ ਇਹਨਾਂ ਨੇ ਮੇਰੇ ਨਾਲ ਕਰਨੀ ਆ। ਜਿਹੜਾ ਵੀ ਸਾਡੇ ਕੋਲ ਗੈਸਟ ਆਉਂਦਾ, ਵਿਜ਼ਿਟਰ ਆਉਂਦਾ, ਉਹ ਸਾਡੇ ਕੋਲ ਸਟੇ ਕਰਦਾ ਤਾਂ ਫੁੱਲ, ਮਤਲਬ ਨੈਕਸਟ ਡੇ ਮੋਰਨਿੰਗ ਟਾਈਮ ਫਲਾਈਟ ਹੁੰਦੀ ਆ। ਔਰ ਮੋਸਟਲੀ ਸਾਰਿਆਂ ਦੀ ਫਲਾਈਟ ਵੀ ਮੋਰਨਿੰਗ ਹੀ ਹੁੰਦੀ ਹੈ, ਮੋਰਨਿੰਗ ਹੀ ਹੁੰਦੀ ਹੈ, ਇਹਦੀ ਵੀ ਸੇਮ ਟਾਈਮ 'ਤੇ। ਲੇਕਿਨ ਅੱਜ ਸਾਰੀ ਰਾਤ ਹੀ ਤਾਂਡਵ ਚੱਲਣਾ, ਮਤਲਬ ਇੰਜੋਇਮੈਂਟ ਫੁੱਲ ਨਾਈਟ। ਔਰ ਮੈਨੂੰ ਤੁਹਾਨੂੰ ਅਗਰ ਕੁਛ ਹੋਇਆ ਐਕਸਾਈਟਡ ਜਿਹਾ ਤਾਂ ਅਪਡੇਟ ਦੇਵਾਂਗੇ, ਓਕੇ। ਮੈਨੂੰ ਵੀ ਟਾਈਮ ਚਾਹੀਦਾ ਫਰੈਸ਼, ਸੋਹਣਾ ਤਾਂ ਇਹਨੇ ਫੇਰ ਵੀ ਨਿਕਲਣਾ ਨਹੀਂ ਹੈਗਾ, ਚਲੋ ਕੋਈ ਗੱਲ ਨਹੀਂ। ਐਕਚੁਲੀ ਅਜੇ ਮੈਂ ਸੈਟਿੰਗ ਨਹੀਂ ਕੀਤੀ, ਬਹੁਤ ਸੋਹਣਾ ਲੱਗੂਗਾ ਬਾਅਦ 'ਚ, ਬਹੁਤ ਸੋਹਣਾ ਲੱਗੂਗਾ, ਮੈਂ ਸੈਟਿੰਗ ਨਹੀਂ ਕੀਤੀ। ਆਏ ਦਾ ਰਾਈਟ ਲੈਫਟ ਸਾਈਡ, ਇਹਦੀ ਮਤਲਬ ਬੈਕ ਸਾਈਡ, ਇੱਦਾਂ ਕੌਣ ਦਿਖਾਉਂਦਾ ਹੁੰਦਾ? ਇਹ ਰਾਈਟ ਸਾਈਡ, ਆਹ ਫਰੰਟ ਸਾਈਡ, ਇੱਦਾਂ ਵੈਸੇ ਕੋਈ ਨਹੀਂ ਦਿਖਾਉਂਦਾ, ਇਹ ਮੱਚਿਆ ਪਿਆ ਵੀਰੇ। ਇੰਡੀਆ ਚੱਲਿਆ ਯਾਰ, ਦੱਸ ਹੈਗੇ ਹੁਣ ਤੁਹਾਨੂੰ ਸਵੇਰੇ ਮਿਲਾਂਗੇ ਵੀਰੇ ਅਸੀਂ ਜਦੋਂ ਇਹਨੂੰ ਏਅਰਪੋਰਟ 'ਤੇ ਡਰੋਪ ਕਰਨਾ, ਠੀਕ ਆ? ਠੀਕ ਆ ਬਾਈ, ਕਿੱਦਾਂ ਫਿਰ? ਬਸ ਚੱਲਦੇ ਹਾਂ, ਆਲਮੋਸਟ ਥੋੜ੍ਹਾ ਜਿਹਾ ਲੇਟ ਵੀ ਹੋ ਗਏ। ਹਾਂ ਚੱਲ ਠੀਕ ਹੈ, ਜਲਦੀ 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 ਸੀ ਆਫ ਕਰਕੇ ਬੰਦੇ ਨੂੰ, ਫਿਰ ਮਿਲਦੇ ਹਾਂ। ਬੈਸਟ ਆਫ ਲੱਕ ਕਰ ਦਿਓ ਵੀਰੇ ਮੁੰਡੇ ਨੂੰ, ਠੀਕ ਹੈ? ਓਕੇ, ਧਿਆਨ ਰੱਖੀ, ਲੱਗਣਾ ਬਾਈ ਨਹੀਂ ਚੱਲਿਆ ਮੇਰੇ ਨਾਲ।
ਕਿਉਂ ਸ਼ਰੀ ਓਕੇ ਫਿਰ ਓਕੇ ਓਕੇ ਬਾਈ ਚੱਲ ਨਿਕਲ ਚੱਲ ਓਕੇ ਠੀਕ ਆ ਬਾਬਾਸ ਉਧਰ ਦੀ ਵੜ ਜਾ ਇਧਰ ਦੀ ਵੀ ਵੜ ਜਾ ਕੁਛ ਨਹੀਂ ਹੈ ਉਹਨੇ ਇੱਕੋ ਗੱਲ ਆ ਓਕੇ ਦੂਰ ਕਰਦੀ ਓਕੇ ਫੋਨ ਹੈਗਾ ਨਾ ਬਾਬਾ ਨੈਟ ਚੱਲਦਾ ਬਾਡੀ ਮੇਰੇ ਇੰਨੀ ਕਹਾਣੀ ਸੀ ਡ੍ਰੌਪ ਕਰਤਾ ਮੁੰਡੇ ਨੂੰ ਤੇ ਇਹੀ ਆਪਣਾ ਵਲੌਗ ਦਾ ਐਂਡ ਆ ਇਹਦੇ ਜਾਣ ਦੇ ਨਾਲ ਹੀ ਥੈਂਕ ਯੂ ਸੋ ਮੱਚ ਕੀਪ ਸਪੋਰਟਿੰਗ ਡੂ ਬ੍ਰੋ ਚੈਨਲ ਡੂ ਸਬਸਕ੍ਰਾਈਬ ਲਾਈਕ ਸ਼ੇਅਰ ਐਂਡ ਕਮੈਂਟ ਥੈਂਕ ਯੂ ਗਾਇਜ਼ ਬਾਬਾਸ